ਹਾਂਜੀ ਦੋਸਤੋ ਇਸ ਵਕਤ ਆਪਾਂ ਤੁਹਾਨੂੰ ਜਿਹੜੀ ਇੱਕ ਟੈਫੇ ਦੀ ਸੀਰੀਜ਼ ਦਿਖਾ ਰਹੇ ਹਾਂ ਟੈਫੇ 75 ਹਸਪਾਵਰ 50 ਹਸਪਾਵਰ 40 ਹਸਪਾਵਰ ਮੇਡ ਇਨ ਪੋਲੈਂਡ ਤੇ ਨਾਲ ਆਪਣੇ ਸਰਦਾਰ ਸੁਖਵਿੰਦਰ ਸਿੰਘ ਜੀ ਆ ਤੇ ਇਹ ਆਪ ਨੂੰ ਇਹਨਾਂ ਟਰੈਕਟਰਾਂ ਬਾਰੇ ਪੂਰੀ ਜਾਣਕਾਰੀ ਦੇਣਗੇ ਜੀ ਇਹ ਜੀ ਟਰੈਕਟਰ ਤਿੰਨੋਂ ਟਰੈਕਟਰ ਤੁਹਾਡੇ ਕੋਲ ਇੱਕੋ ਮਾਡਲ ਮੇਰੇ ਹਿਸਾਬ ਨਾਲ ਮਾਡਲ ਵੀ ਇੱਕੋ ਹੀ ਹੈ ਜੀ ਇੱਕੋ ਮਾਡਲ ਹੀ ਹੈ ਅੱਛਾ ਕਿਹੜਾ ਮਾਡਲ ਹੈ ਜੀ ਇਹ 98 ਮਾਡਲ ਹੈ ਇਹ ਫਿਰ ਕਿਵੇਂ ਤੁਸੀਂ ਇਹ ਤਿੰਨੋਂ ਟਰੈਕਟਰ ਇਕੱਠੇ ਖਰੀਦੇ ਜੀ ਇਹ ਦਿੱਲੀੋਂ ਲੈਏ ਸੀ ਜੀ ਅੱਛਾ ਜੀ ਹਾਂਜੀ ਤੇ ਇੰਨਾ ਚ ਖਾਸियत ਕੀ ਹੈ ਵੀ ਮੈਂ ਭਾਏ ਖਰਚਾ ਹੀ ਕੋ ਨਹੀਂ ਹੈਗਾ ਅੱਛਾ ਜੀ ਹਾਂਜੀ ਇਹ 24 ਡਿਸਾਂ ਦੇ ਖਾਂਦਾ ਜੀ ਆਪਣਾ 5.5 ਲੀਟਰ ਤੇਲ 24 ਡਿਸਾਂ ਤੇ ਹਾਂਜੀ ਤੇ ਇਹਦੇ ਵਿੱਚ ਕੋਈ ਖਾਸ ਚੀਜ਼ਾਂ ਜਿਹੜੀਆਂ ਇੰਨਾ ਟਰੈਕਟਰਾਂ ਦੇ ਵਿੱਚ ਇੱਕ ਪੰਪ ਹੋ ਗਿਆ ਨਾ ਹਾਂਜੀ ਰੋਟਰ ਪੰਪ ਹੋ ਗਿਆ ਰੋਟਰ ਪੰਪ ਹਾਂਜੀ ਹਾਂਜੀ ਰੋਟਰ ਪੰਪ ਹੋ ਗਿਆ ਨਾਲੇ 75 ਹਸ ਪਾਵਰ ਹੈ ਅੱਛਾ ਜੀ ਹਾਂਜੀ ਪ੍ਰੈਸ਼ਰ ਸਟੀering ਹੈ ਠੀਕ ਹੈ ਜੀ ਹਾਂਜੀ ਤੇ ਇਹ 94 ਮਾਡਲ ਉਦੋਂ ਫਿਰ ਬਾਹਰੋਂ ਇمپੋਟ ਹੋਏ ਸੀ ਇਹ ਟਰੈਕਟਰ ਇਹ ਬਾਹਰੋਂ ਇمپੋਟ ਹੋਏ ਅੱਛਾ ਜੀ ਹਾਂਜੀ ਤੇ ਤੁਸੀਂ ਉਦੋਂ ਹੀ ਲੈ ਲਏ ਸੀ ਜਾਂ ਉਸ ਤੋਂ ਬਾਅਦ ਲੈ ਲਏ ਨਹੀਂ ਉਦੋਂ ਹੀ ਲੈ ਲਏ ਇਹ ਦਿੱਲੀੋਂ ਕੁਆੜੀਆਂ ਕੋਲ ਲੈਂਦੇ ਸੀ ਅੱਛਾ ਕੁਆੜੀਆਂ ਕੋਲ ਆਏ ਸੀ ਦਿੱਲੀ ਕੁਆੜੀਆਂ ਕੋਲ ਆਏ ਸੀ ਬਾਇਆਪੁਰ ਅੱਛਾ ਜੀ ਹਾਂਜੀ ਤੇ ਇਹ ਬਾਹਰੋਂ ਆਉਣ ਦਾ ਕਾਰਨ ਕੀ ਇਹਨਾਂ ਟਰੈਕਟਰਾਂ ਦਾ ਜਿਵੇਂ ਵਧੀਆ ਟਰੈਕਟਰ ਬਹੁਤ ਇਹ ਮਦਰਾਸ ਚ ਆਉਂਦੇ ਜਿੱਤੇ ਇਹਨਾਂ ਸਰਜ ਕਰਦੇ ਆ ਟਰੈਕਟਰ ਅੱਛਾ ਜੀ ਮੈਸੀ ਬੰਦਿਆ ਨਾ ਮੈਸੀ ਏਜੰਸੀ ਹੈ ਹਾਂਜੀ ਉੱਥੇ ਜੀ ਇਹ ਲਿਆ ਕੇ ਪਹਿਲਾਂ ਇਹਨਾਂ ਨੂੰ ਵੇਖ ਕੇ ਫਿਰ ਬਣਾਉਂਦੇ ਟਰੈਕਟਰ ਠੀ ਇਦੇ ਵਿੱਚ ਕਿੰਨੇ ਗੀਰਾਂ ਚ ਆ ਜੀ ਇਹ ਟਰੈਕਟਰ ਚਾਰ ਜੀ ਚਾਰ ਗੀਰਾਂ ਚ ਅੱਛਾ ਜੀ ਤੇ ਜਿਹੜਾ ਮਗਰਲਾ ਇਹਦਾ ਹਿੱਸਾ ਮਗਰਲਾ ਹਿੱਸਾ ਬਹੁਤ ਵਧੀਆ ਜੀ ਬ੍ਰੇਕ ਆ ਪ੍ਰੈਸ਼ਰ ਹੈ ਅੱਛਾ ਜੀ ਹਾਂ ਜੀ ਟਾਇਰ 18000 ਤੀ ਟਾਇਰ ਪਹਿਲਾਂ ਇਹਨੂੰ ਪਤਲੇ ਸੀ ਅੱਛਾ ਜੀ ਰੇਲੇ ਟਾਇਰ ਸੀ ਜਿਵੇਂ ਆਪਾਂ ਉਹਨੂੰ ਜੋੜੀ ਰਨ ਪਾਏ ਆ ਅੱਛਾ ਜੀ ਅੱਛਾ ਵੱਡੇ ਇਹ ਇਹ ਮੇਰੇ ਕੋ ਮੈਨ ਨਾਲ ਆ ਪਾਤੇ ਆ ਪਈ ਆ ਹਾਂ ਜੀ ਤੇ ਹੁਣ ਵਧੀਆ ਇਹਨਾਂ ਟਾਇਰਾਂ ਦੇ ਵਧੀਆ ਚੱਲਦੇ ਬਹੁਤ ਇਹਦੇ ਖਿਚਾਈ ਵਧੀਆ ਜੀ ਟਰਾਲੀ ਦੀ ਅੱਛਾ ਜੀ ਤੇ ਆ ਜਿਹੜੀ ਫੱਟੀ ਇਹਦੀ ਨਾਲ ਦੀ ਹੈ ਇਹ ਨਹੀਂ ਜੀ ਇਹ ਬੈਲਾਰੂਸ ਦੀ ਹੈ ਬੈਲਾਰੂ ਤੇ ਉਹ ਵੈਸੇ ਵੀ ਟਰੈਕਟਰ ਬਹੁਤ ਖੁੱਲਾ ਡੁੱਲਾ ਹੈ ਨਾ ਜੀ ਪਿਛਲਾ ਹਿੱਸਾ ਬਹੁਤ ਕਾਮ ਜਾਵਿੰਦਾ ਅੱਛਾ ਜੀ ਹਾਂ ਜੀ ਤੇ ਪੀਟੀਓ ਤੇ ਕਿਵੇਂ ਚੱਲਦਾ ਜੀ ਜੀ ਤੇ ਬਹੁਤ ਚੱਕਰ ਹੈ ਜੀ 1000 ਯਾਰ ਚੱਲ ਚੱਕਰ ਹੈ ਅੱਛਾ ਜੀ 1000 ਯਾਰ 40 ਚੱਕਰਾਂ ਦੇ ਤੇ ਖਰਚਾ ਕਿੰਨਾ ਕਾ ਜੀ ਇਹਦਾ ਡੀਜ਼ਲ ਖਰਚਾ ਖਰਚਾ ਬਹੁਤ ਘੱਟ ਹੈ ਜੀ ਅੱਛਾ ਜੀ ਜੋ 75 ਹੌਸ ਪਾਵਰ ਹੈ ਟਰੈਕਟਰ ਬਹੁਤ ਵੱਡਾ ਹਾਂ ਜੀ ਸਾਢੇ 5 ਲੀਟਰ ਹਨ ਘੰਟੇ ਦਾ ਚਵੀਆਂ ਡਿਕਸਾਂ ਤੇ ਤੇਲ ਖਾਂਦਾ ਜੀ ਅੱਛਾ ਜੀ ਤੇ ਜੇ ਆਪਾਂ ਇਹਨੂੰ ਖਾਲੀ ਚਲਾਉਣੇ ਤਾਂ ਬਿਲਕੁਲ ਹੀ ਖਰਚਾ ਕੋਈ ਨਹੀਂ ਜੀ ਤੇ ਇਹ ਟਰੈਕਟਰ ਹੁਣ ਆਪਾਂ ਨੂੰ ਐ ਵੈਸੀ ਨਵੇਂ ਤਾਂ ਨਹੀਂ ਮਿਲਦੇ ਹੁਣ ਇੱਥੇ। ਨਹੀਂ ਜੀ ਨਵੇਂ ਨਹੀਂ ਮਿਲਦੇ ਜੀ। ਇਹ ਬਸ ਇਹ ਸਿੰਗਲ ਸਿੰਗਲ ਪੀਸ ਵਾਲੀ ਗੱਲ ਹੀ ਆ ਵੀ ਸਿੰਗਲ ਪੀਸ ਹੀ ਆ। ਹਾਂਜੀ ਹਾਂਜੀ ਹਾਂਜੀ। ਤੇ ਉਸ ਤੋਂ ਅੱਗੇ ਆ ਜਾਂਦਾ ਜਿਵੇਂ ਆ 4-ਵੀਲ ਡਰਾਈਵ ਦੇ ਵਿੱਚ। ਹਾਂਜੀ। ਇਹਦੇ ਵੀ ਆ ਟਾਇਰ ਇਹ オリジナル ਆ ਜਾਂ ਟਾਇਰ ਤੁਸੀਂ ਇਹ ਚੇਂਜ ਚੇਂਜ ਕੀਤੇ ਆ ਇਹਦੇ ਨਾਲ ਦੇ ਉੱਥੇ ਟਾਇਰ ਪਏ ਆ। ਅੱਛਾ ਜੀ। ਅੱਗੇ ਵਾਲੇ ਦੇ ਰੀਮ ਪਏ ਆ ਇਹ 14 ਦੇ ਪਾਤੇ ਸੀ ਇਹਨੂੰ ਹੀ ਪਤਲੇ ਟਾਇਰ ਸੀ। ਇਹ ਟਾਇਰ ਪਤਲੇ ਹੀ ਆਉਂਦੇ ਸੀ ਇਹਨਾਂ ਦੇ। ਹਾਂਜੀ ਪਤਲੇ ਰੈਡੀਅਲ ਟਾਇਰ ਪਤਲੇ ਹੀ ਆਉਂਦੇ ਸੀ। ਤੇ 4-ਵੀਲ ਡਰਾਈਵ ਦੇ ਵਿੱਚ ਬਹੁਤ ਵਧੀ ਇਹ 10-10 ਦੀਆਂ ਹਰੋਂ 12-12 ਦੀਆਂ ਹਰੋਂ ਪਰਵਾਹ ਨਹੀਂ ਕਰਦਾ ਜੀ 24 ਡਿਕਸਾਂ ਲਈ ਨੂੰ ਜਿਵੇਂ ਤੁਸੀਂ ਲਾਦੇ ਹੋ ਹਾਊਸ ਪਾਵਰ ਤਾਂ 50 ਵਾ ਪਰ ਕੰਮ 60 ਹੌਸ ਪਾਵਰ ਜੀ ਸਾਰਾ ਜੀ ਪੂਰਾ ਡੱਟ ਕੇ ਕੰਮ ਕਰਦਾ ਹਾਂਜੀ ਇਹਨੂੰ ਜਦੋਂ 4x4 ਲਾ ਦਈਦਾ ਪਿਛਲੇ ਟਾਇਰ ਫ੍ਰੀ ਕਰ ਦਿੰਦਾ ਅੱਛਾ ਜੀ ਹਾਂਜੀ ਵੀ ਇਹ ਚਾਹੀ ਅੱਗੇ ਕਰ ਫਿਰ ਤਾਂ ਅਗਲੇ ਟਾਇਰ ਹੀ ਖਿੱਚੀ ਜਾਂਦੇ ਆ ਠੀਕ ਹੈ ਜੀ ਠੀਕ ਹੈ ਤੇ ਹਾਂਜੀ ਇਹ ਵੀ ਇਹਦੇ ਗੇਅਰ ਤਾਂ ਇਹਦਾ ਵੀ ਉਹੀ ਸੇਮ ਸਭ ਸੇਮ ਹੈ ਜੀ ਸੇਮ ਬਿਲਕੁਲ ਸੇਮ ਹੈ ਠੀਕ ਹੈ ਜੀ ਇੱਕ ਉਹ ਜਿਹੜਾ ਔਰ ਸਸ ਦੇ ਵਿੱਚ ਜਿਵੇਂ ਉਹ ਸਕਾਟ ਆਉਂਦੇ ਸੀ ਅਰਸਸ ਦੇ ਵਿੱਚ ਹਾਂਜੀ 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 ਤੇ ਟੈਫੀਆ ਵੀ ਅਰਸ ਇਹ ਟੈਫੀਆ ਇਹ ਕਿ ਅਰਸਸ ਕੁਝ ਵੱਖਰਾ ਹੈ ਨਹੀਂ ਇਹ ਸੇਮ ਉਹੀ ਚੀਜ਼ ਹੈ ਅੱਛਾ ਜੀ ਹਾਂਜੀ ਬਸ ਉਹਦਾ ਨਾਮ ਥੋੜਾ ਜਨਾ ਚੇਂਜ ਕੀਤਾ ਹੈ ਠੀਕ ਹੈ ਜੀ ਹਾਂਜੀ ਤੇ ਜਿਵੇਂ ਹੁਣ ਜਿਹੜੇ ਦੂਸਰੇ ਆਪਣੇ ਮੈਸੀ ਆਉਂਦੇ ਆ ਜਿਵੇਂ 241 ਮੈਸੀ ਜਾਂ 245 ਉਹ ਉਸ ਸ਼ੇਪ ਦੇ ਵਿੱਚ ਆ ਜਾਂਦਾ ਹੈ ਹਾਂਜੀ ਆ ਜਾਂਦਾ ਉਸੇ ਸ਼ੇਪ ਚ ਆ ਜਾਂਦਾ ਹੈ ਗੀਅਰ ਬਕਸਾ ਵਗੈਰਾ ਵੀ ਸੇਮ ਹੀ ਹੈ ਅੱਛਾ ਜੀ ਹਾਂਜੀ ਤੇ ਇੱਕ ਜਿਹੜਾ ਡਿਸਟਰੀਬਿਊਟਰ ਇਹਦਾ ਨਾਲ ਹੀ ਆਇਆ ਹੈ ਡਿਸਟਰੀਬਿਊਟਰ ਨਾਲ ਹੀ ਨੇ ਸਾਰੇ ਆ ਦੇ ਜੀ ਅੱਛਾ ਜੀ ਹਾਂ ਜੀ ਕਹਿੰਦੇ ਵੀ ਆਏ ਆ ਡਿਸਟਰੀਬਿਊਟਰ ਵੱਖਰੇ ਆਏ ਆ ਹਾਂ ਜੀ ਇਹ ਵੇਲੇ 94 ਜ ਨਾਲ ਹੀ ਆਇਆ ਜੀ ਠੀਕ ਆ ਜੀ ਠੀਕ ਹਾਂ ਜੀ ਤੇ ਹੁਣ ਫਿਰ ਕੰਮ ਬਹੁਤ ਲਿਆ ਉਦੋਂ ਤੋਂ ਲੈ ਕੇ ਇਹਨਾਂ ਤੋਂ ਬਹੁਤ ਕੰਮ ਲਿਆ ਜੀ ਅੱਛਾ ਜੀ ਇਹ ਉਦੋਂ 40 40 ਘੰਟੇ ਟਰੈਕਟਰ ਚੱਲੇ ਸੀ ਜਦੋਂ ਲੈਂਦੇ ਅੱਛਾ ਜੀ ਹਾਂ ਜੀ ਤੇ ਹੁਣ ਤਾਂ ਬਹੁਤ ਚੱਲ ਗਏ ਹੋਣੇ ਆ ਜੀ ਹਾਂ ਜੀ ਹੁਣ ਤਾਂ ਬਹੁਤ ਚੱਲ ਗਏ ਕੋਈ ਚੱਲੂਗਾ ਮੀਟਰ ਕੇ ਹੁਣ ਖੜ ਗਏ ਹੋਏ ਨਹੀਂ ਮੀਟਰ ਮੀਟਰ ਖੜੇ ਆ ਅੱਛਾ ਜੀ ਕੰਮ ਤੁਹਾਡੇ ਜੇ ਖੇਤੀ ਕਾਫੀ ਵੱਡੀ ਹੈ ਜੇ ਕੋਈ ਇੰਜਨਾਂ ਦਾ ਕੋਈ ਕੰਮ ਨਹੀਂ ਹੋਇਆ ਕਿਸੇ ਟਰੈਕਟਰ ਦਾ ਵੀ ਇਹਦੇ ਇਹਦੇ ਵਿੱਚ ਜਿਹੜੇ ਇੰਜਨ ਆ ਕਿਹੜੇ-ਕਿਹੜੇ ਆ ਜੀ ਇਹ ਤੇ ਜ ਮਸੀ ਦਾ ਇੰਜਨ ਹੈ ਅੱਧੇ ਜੀ ਦਾ ਅੱਛਾ ਜੀ ਜਿਵੇਂ 41 ਜ ਨਹੀਂ ਆਉਂਦਾ ਪਿਆ ਹਾਂਜੀ ਹਾਂਜੀ ਸੇਮ ਉਹੀ ਚੀਜ਼ ਹੈ ਠੀਕ ਹੈ ਜੀ ਹਾਂਜੀ ਹਾਂਜੀ ਇਹ ਫਿਰ ਉਹਦੋਂ ਟ੍ਰੇਲ ਵਾਲੇ ਜਿਵੇਂ ਡੈਮੋ ਵੀ ਸਟਾਜ ਹਾਂਜੀ ਹਾਂਜੀ ਹੋਈ ਹੋਈ ਡੈਮੋ ਹਾਂਜੀ ਉਹੀ ਚੀਜ਼ ਨੇ ਤੇ ਤਾਂ ਫਿਰ ਹੁਣ ਤੁਹਾਡੇ ਤੋਂ ਜੇ ਕੋਈ ਵੇਖਦਾ ਉਹ ਗੱਦਾ ਮੰਗਦੇ ਵੀ ਹੋਣੇ ਬਈ ਦੇ ਦਿਓ ਟਰੈਕਟਰ ਬਹੁਤ ਮੰਗਦੇ ਆ ਜੀ ਅੱਛਾ ਜੀ ਹਾਂਜੀ ਡਿਮਾਂਡ ਵੜੀ ਹੈ ਇਹਨਾਂ ਦੀ ਅੱਛਾ ਬਰ ਤੁਸੀਂ ਇਹ ਸੇਲ ਤਾਂ ਕੋਈ ਨਹੀਂ ਕਰਨਾ ਇਹਨਾਂ ਚ। ਨਾ ਜੀ ਨਾ ਨਾ। ਅੱਛਾ। ਇਹ ਸੇਲ ਕਰਨ ਵਾਲੀ ਚੀਜ਼ ਹੀ ਨਹੀਂ ਹੈ ਜੀ। ਅੱਛਾ ਜੀ। ਇਹਦੇ ਟਾਇਰ ਕਿਹੜੇ ਪਤਲੇ ਆਉਂਦੇ ਸੀ ਇਹਦੇ ਵੀ ਜੀ। ਹਾਂ ਜੀ ਇਹਦੇ ਵੀ ਪਤਲੇ ਟਾਇਰ ਹੈ। ਟਾਇਰ ਹੀ ਸਾਰਿਆਂ ਦੇ ਪਤਲੇ ਆਉਂਦੇ ਸੀ। ਟਾਇਰ ਸਾਰਿਆਂ ਦੇ ਪਤਲੇ ਹੀ। ਅੱਛਾ ਜੀ। ਹਾਂ ਜੀ। ਤੇ ਇਹ ਟਰੈਕਟਰ ਦਾ ਹੋਰ ਥੋੜਾ ਦਿਖਾ ਦਿਓ ਜੀ ਇਸ ਟਰੈਕਟਰ ਬਾਰੇ। ਬਸ ਇਹਨਾਂ ਦੇ ਉਹੀ ਪੰਪ ਰੂਟਰ ਨੇ ਸਾਰਿਆਂ ਦੇ। ਹਾਂ ਜੀ। ਹਾਂ। ਤੇ ਬਾਕੀ ਸਾਰੇ ਇੱਕੋ ਜਿਹੇ ਨੇ ਤੇ ਨਹੀਂ ਕੋਈ ਫਰਕ ਨਹੀਂ ਆ। ਸੇਮ ਯਾਨੀ ਕੋਈ ਮੈਸੀ ਵਾਲੀ ਹਾਂ ਜੀ। ਸਾਰਾ ਤੇ ਨਹੀਂ। ਤੇ ਬ੍ਰੇਕਾਂ ਸਭ ਅੰਦਰ ਨੇ। ਇੱਕੇ ਦੇ ਹਾਂਜੀ ਡਿਸਟ੍ਰੀਬਿਊਟਰ ਚਲਾਉਣਾ ਵਾਸਤੇ ਡਿਸਟ੍ਰੀਬਿਊਟਰ ਵਾਸਤੇ ਜਿਵੇਂ ਆਪਾਂ ਦੁੱਧੇ ਹਾਰੋਂ ਚਲਾਉਣੇ ਜਾਂ ਟਰਾਲੀ ਚੁੱਕਣੀ ਹੈ ਹਾਂਜੀ ਹਾਂਜੀ ਇਹ ਉਹਦੇ ਵਾਸਤੇ ਅਟਕਦਾ ਅੱਛਾ ਜੀ ਹਾਂਜੀ ਲੀਵਰ ਕਾਫੀ ਲਾਦੇ ਹਨਾ ਇੱਕ ਡਿਸਟ੍ਰੀਬਿਊਟਰ ਦਾ ਹੋ ਗਿਆ ਇਹ 10 ਦੇ ਹੋਗੇ ਇਧਰ ਲੈਪਟਾ ਤਿੰਨਾ ਤਿੰਨਾ ਜੀ ਸੇਮ ਹੀ ਹੈ ਸਾਰੇ ਅੱਛਾ ਜੀ ਹਾਂਜੀ ਤੇ ਇੱਕ ਪੰਪ ਇਹਦਾ origignal ਆਉਂਦਾ ਜੀ ਹਾਂਜੀ origignal ਹੈ ਜੀ ਇਧਰ ਲੈ ਲੈਂਗੇ ਸਾਂ ਇਹ ਪੰਪ origignal ਤੇ ਨਾਲੋਂ origignal ਲੈ ਅੱਛਾ ਇਹ ਇਹ ਪੰਪ ਪੁਰਾਣੇ ਡਾਇਰੈਕਟਰਾਂ ਨੇ ਮੈਂ ਦੇਖੇ ਸੀਗੇ ਤੇ ਇਹਦੇ ਚ ਦੇਖ ਕੇ ਇੰਨਾ ਜੀ ਹਾਂਜੀ ਹਾਂਜੀ ਤੇ ਖਰਾਬ ਤਾਂ ਨਹੀਂ ਹੋਇਆ ਕਿ ਨਹੀਂ ਨਹੀਂ ਜੀ ਨਹੀਂ ਇਹ ਖਰਾ ਅੱਛਾ ਜੀ ਆਓ ਜੀ ਇਹਨਾਂ ਤੋਂ ਟਾਇਰ ਵਿਖਾਉਣੇ ਇਹਦੇ ਨਾਲ ਦੇ ਜਿਹੜੇ ਹਾਂਜੀ ਇਹਦੇ ਟਾਇਰ ਜਿਹੜੇ ਪਹਿਲਾਂ ਵਾਲੇ ਨਾਲ ਦੇ ਆ ਜੀ ਉਹ ਵੀ ਤੁਹਾਨੂੰ ਦਿਖਾਉਣੇ ਆ ਤੇ ਆ ਤਾਂ ਜਿਵੇਂ ਜੀ ਆਹ ਇਹ ਡੀਟੀ 14 ਦੇ ਲਾ ਕੇ ਰੱਖੇ ਸੀ ਅੱਛਾ ਗੰਨਾ ਸੀਲਰ ਵਾਸਤੇ ਅੱਛਾ ਜੀ ਇਹ ਜਿਹੜੇ ਇਹਨਾਂ ਨੂੰ ਹੀ ਲੱਗ ਜਾਂਦੇ ਆ ਕਿ ਸਾਰੇ ਨਾਲੇ ਲਾ ਦਿੰਨੇ ਆ ਹਾਂਜੀ ਸਭ ਨੂੰ ਲਾ ਹੀ ਜਾਂਦੇ ਆ ਇੱਕ ਆ ਇੰਜਨ ਰੱਖੀ ਬੈਠੀ ਹੈ ਨਾ ਆ ਕੋਈ ਆ ਟਾਇਰ ਦੇ ਅੱਛਾ 204 ਦੇ 12432 ਦੇ ਹਾਂਜੀ ਇਸ ਤਰ੍ਹਾਂ ਹੀ ਹੁੰਦੇ ਸੀ ਵੱਡੇ ਵਾਲੇ ਦੇ ਅੱਛਾ ਜੀ ਹਾਂਜੀ ਰੇਡੀਅਲ ਟਾਇਰ ਹਾਂਜੀ ਰੇਡੀਅਲ ਟਾਇਰ ਹੈ ਪਲੇਟ ਵੇਖੋ ਜੀ ਹਾਂਜੀ ਜਿਵੇਂ ਵੇਟ ਲੱਗੇ ਹੁੰਦੇ ਆ ਵੇਟ ਲੱਗੇ ਹੁੰਦੀ ਆ ਇਹ ਇਹਦੇ ਤੇ ਫਿਰ ਕੋਈ ਸਲਿੱਪ ਜਾਦੇ ਕਰਦਾ ਹੈ ਜਾਂ ਕੀ ਕਾਰਨ ਸੀ ਇਹ ਨਹੀਂ ਅਸੀਂ ਤਾਂ ਟਰਾਲੀ ਦੀ ਖਿਚਾਈ ਕਰਕੇ ਫਿਰ ਚੌੜੇ ਪਾਤੇ ਵੱਡੇ ਅੱਛਾ ਜੀ ਅੱਛਾ ਸਲਿੱਪ ਨਹੀਂ ਮਾਰਦੇ ਐਰੋ ਦੇ ਤਾਂ ਨਹੀਂ ਸਲਿੱਪ ਮਾਰਦੇ ਠੀਕ ਹੈ ਜੀ ਠੀਕ ਹੈ ਇਸ ਕਰਕੇ ਵੀ ਉਹ ਕਰਦੇ ਤੇ ਇਹ ਕੋ ਪਏ ਟਾਇਰ ਜੀ ਆ ਜੀ ਉਹ ਇਸੇ ਅਗਲੇ ਟਾਇਰ ਉਹਦੇ ਬਦਲ ਦੇਣਾ ਫੁਰਵੀ ਫੁਰ ਦੇ ਅੱਛਾ ਜੀ ਅਗਲੇ ਟਾਇਰ ਠੀਕ ਹੈ ਠੀਕ ਉਹਦਾ ਦੇਰ ਨਾ ਵੇ ਪਾਤੇ ਅੱਛਾ ਇਹ ਤਾਂ ਫਿਰ ਇਹ ਨੰਬਰ ਮਿਲ ਹੀ ਜਾਂਦਾ ਹਾਂ ਜੀ ਮਿਲ ਜਾਂਦੇ ਹੀ ਮਿਲ ਜਾਂਦੇ ਟਾਇਰ ਟਾਇਰ ਮਿਲ ਜਾਂਦੇ ਟਾਇਰ ਕੋਈ ਦਿੱਕਤ ਨਹੀਂ ਠੀਕ ਹੈ ਜੀ ਹਾਂ ਜੀ ਤਿੰਨ ਟਰੈਕਟਰ ਤੁਹਾਡੇ ਕੋਲੇ ਉਹ ਤੇ ਦੋ ਫਿਰ ਟਰੈਕਟਰ ਆਹ ਰੱਖੀ ਹੋਏ ਹਨਾ ਜੀ ਆਹ ਤੁਹਾਨੂੰ ਉਹਦੀਆਂ ਤਵੀਆਂ ਬਖਾਉਣੇ ਜਿਹੜੀਆਂ ਪਾਉਣੇ ਵੱਡੇ ਮੈਸੀ ਮਗਰ ਅੱਛਾ ਜੀ ਤੇ ਅੱਜ ਮੈਂ ਆਪਾਂ ਤੁਹਾਨੂੰ ਜੀ ਪੂਰਾ ਫਾਰਮ ਦਿਖਾਉਣੇ ਆ ਹਾਂ ਜੀ ਸਰਦਾਰ ਸਾਹਿਬ ਉਹਨਾਂ ਦਾ ਫਾਰਮ ਬਹੁਤ ਵੱਡਾ ਇਹਨਾਂ ਦਾ ਫਾਰਮ ਹੈਗਾ ਇਹੇ ਤੇ ਇਹ ਕਿਹੜੇ ਸ਼ਹਿਰ ਚ ਪੈ ਜਾਂਦਾ ਜਿਹੜੇ ਸ਼ਹਿਰ ਦੇ ਨੇੜੇ ਆਪਣੇ ਨੇੜੇ ਸ਼ਹਿਰ ਆ ਗਿਆ ਨੇੜੇ ਜ਼ਿਲ੍ਹਾ ਬਰੇਲੀ ਅੱਛਾ ਜੀ ਤਸਵੀਰ ਵੀ ਭੇੜੀ ਠੀਕ ਹੈ ਜੀ ਠੀਕ ਹੈ ਪਿੰਡ ਦਾ ਨਾਮ ਆ ਗਿਆ ਬਗਿਆ ਫਾਰਮ ਬਗਿਆ ਫਾਰਮ ਚ 14 ਡੇਰ ਹੈ ਹਾਂ ਜੀ ਡੇਢ ਚੌੜੇ ਦੇ ਹਟੇ ਰ ਆ ਸੁਪਰੀ ਪੰਪ ਵੀ ਡਬਲ ਟੈਂਕੀ ਵਾਲਾ ਰੱਖਿਆ ਹੈ ਹਾਂ ਜੀ ਡਬਲ ਟੈਂਕੀ ਇੱਕ ਰਹਾ ਆ ਗਿਆ ਜਿਹਦੀ ਆਪਾਂ ਇੱਕ ਸਪੈਸ਼ਲ ਵੀਡੀਓ ਬਣਾਈ ਹੈ ਇਹ ਵੀ ਇਹਨਾਂ ਟਰੈਕਟਰਾਂ ਵਗੈਰੇ ਚੱਲਦੇ ਜੀ ਸਭ ਮਗਰ ਚੱਲ ਜਾਂਦੇ ਜੀ ਅੱਛਾ ਜੀ ਜਿਹੜੇ ਮਰਜ਼ੀ ਮਗਰ ਪਾ ਲਓ ਹਾਂਜੀ ਹਾਂਜੀ ਆਵੇ ਹਾ ਤੋਂ ਤਵੀਆਂ ਬਖਾਉਣੇ ਆ ਠੀਕ ਹੈ ਸਪੈਸ਼ਲ ਸੈੱਟ ਬਣਾਇਆ ਇਹ ਵੀ ਹੈ ਆਜੀ ਤਵੀਆਂ ਨੇ ਇਹ ਵੱਡੇ ਟਰੈਕਟਰ ਵਗੈਰੇ ਪਾਉਨੇ ਕਿ ਜਾਂ 4 ਵੀਲ ਵਗੈਰੇ ਪਾ ਲੈਨੇ 4x4 ਵਗੈਰੇ ਪਾ ਲੈਨੇ ਜਾਂ ਛੋਟਾ ਜਿਹੜਾ 40 ਵਾਲਾ ਉਹ ਵੀ ਚਲਾਉਂਦਾ ਉਹ ਵੀ ਚਲਾ ਲੈਂਦਾ ਇਹਨੂੰ ਵੀ ਚਲਾਉਂਦਾ ਇਹਨੂੰ ਅੱਛਾ ਜੀ ਹਾਂ ਇਹ ਸੈੱਟ ਕਿੱਥੋਂ ਦਾ ਬਣਿਆ ਹੋਇਆ ਜੀ ਇਹ? ਇਹ 오ਰੀਜినਲ ਹੈ। ਅੱਛਾ ਜੀ। ਹਾਂ ਜੀ। ਇਹ ਇੱਥੇ ਆਪਣੇ ਬਣਿਆ ਜਾਂ ਕਿਉਂ ਨਹੀਂ ਇੱਥੋਂ ਦਾ ਨਹੀਂ ਜੀ ਇਹ। ਅੱਛਾ ਜੀ। ਹਾਂ ਸਾਡੇ ਕੋਲ ਇੱਕ ਹੈਗੀ ਇਹ ਬਾਹਰ ਆਪਣਾ ਕੈਨੇਡਾ ਦੀ ਆਪਣਾ। ਇਹ ਬਾਹਰੋਂ ਆਇਆ ਸੀ ਇੰਪੋਰਟਡ ਨਹੀਂ। ਇਹ ਇੰਪੋਰਟਡ ਸੈੱਟ ਹੈ ਜੀ। ਇਹ ਪੰਥਨਗਰ ਯੂਨੀਵਰਸਿਟੀ ਚ ਆਈਆਂ ਇਹ। ਅੱਛਾ ਜੀ। ਉੱਥੋਂ ਸਿਲੀਆਂ ਸੀਗੀਆਂ। ਠੀਕ ਹੈ ਜੀ। ਬਹੁਤ ਵਧੀਆ ਚੱਲਦੀਆਂ ਜੀ। ਯੂਨੀਵਰਸਿਟੀ ਜਿਹੜੀ। ਹਾਂ ਜੀ ਬਹੁਤ ਵਧੀਆ ਹੌਲੀਆ ਚਲਦੀਆਂ ਦੁੱਜੇ ਹੈਰਵਨ ਨਾਲੋਂ। ਆਮ ਨਾਲੋਂ ਚਾ ਵਧੀਆ ਚੱਲਦੀਆਂ। ਹਾਂ ਜੀ। ਠੀਕ ਕ੍ਰਿਨਾ ਜੀ 12 12 24 24 24 ਠੀਕ ਹੈ ਜੀ ਤੇ ਤਕਨੀਕ ਵੀ ਬਹੁਤ ਵਧੀਆ ਹੈ ਨਾ ਜੇ ਹੁਣ ਆਪਣੇ ਕੁਝ ਕੁਸ਼ੇ ਬਣ ਲੱਗੀਆਂ ਚਲੋ ਹੁਣ ਤੱਕ ਕਾਫੀ ਬਣ ਗਈਆਂ ਵਾ ਪਰ ਇਹ ਕਾਫੀ ਪੁਰਾਣੀਆਂ ਵਾ ਜੀ ਹਾਂਜੀ ਕਾਫੀ ਪੁਰਾਣੀਆਂ ਅੱਛਾ ਜੀ ਹੁਣ ਇਹਨਾਂ ਦਾ ਜੇ ਕੱਟ ਵਧਾਉਣਾ ਹੈ ਹਾਂਜੀ ਇਹਨੂੰ ਥੋੜਾ ਜਿਹਾ ਹੋਰ ਇਹਨੂੰ ਪਿਛਾ ਕਰ ਦਿਓ ਉਹਨੂੰ ਅੱਗੇ ਕਰ ਦਿਓ ਉਹਨੂੰ ਪਿਛਾ ਲੈ ਜਾਓ ਉਹਨੂੰ ਥੋੜਾ ਜਿਹਾ ਅੱਗੇ ਕਰ ਦਿਓ ਉਹਨਾਂ ਕੱਟ ਵਧ ਜਾਏ ਠੀਕ ਹੈ ਜੀ ਹਾਂ ਤੇ ਬਾਕੀ ਪ੍ਰੈਸ਼ਰ ਨਾਲ ਹੀ ਬੈਰ ਚੁੱਕੇ ਜਾਣੇ ਲੱਗੇ। ਅਜੇ ਤੱਕ ਇਹਦੇ ਕੋਈ ਪ੍ਰੋਬਲਮ ਤਾਂ ਨਹੀਂ। ਨਾ ਜਿੰਦਾ ਕੁਛ ਨਹੀਂ ਹੁੰਦੀ ਜੀ। ਅੱਛਾ ਜੀ। ਇਹਦੇ ਬੈਰਿੰਗ ਚੇਂਜ ਕਰਾਉਂਦੇ ਨੇ। ਜੂਸੀ ਬੈਰਿੰਗ ਪਵਾਉਂਦੇ ਨੇ ਵੱਡੇ। ਅੱਛਾ ਜੀ। ਮੇਨ ਨਾਲੇ। ਅੱਛਾ ਜੀ। ਉਹ ਜਿਹੜੀ ਕੋਈ ਮਾੜੀ ਮੋਟਾ ਆਉਂਦਾ ਹੀ ਉਹ ਖਤਮ ਹੋ ਗਿਆ ਕੰਮ। ਹਾਂਜੀ ਫੋਰਮ ਲਾਈਨ ਚੱਲਦੀ ਹੁਣ ਇਹਦੇ ਨਾਲ। ਇਧਰ ਹੌਲੀ ਚੱਲਦੀ। ਅੱਛਾ ਜੀ ਹੌਲੀ ਚੱਲਦੀ ਹੈ। ਠੀਕ ਹੈ ਜੀ ਠੀਕ ਹੈ। ਹਾਂਜੀ ਤੇ ਟਾਇਰ ਬਸ ਉੱਪਰ ਚੱਕੇ ਆ। ਹਾਂਜੀ ਬਹੁਤ ਵਧੀਆ ਚੀਜ਼ ਹੈ ਜੀ ਇਹ ਨਾ ਵੱਖਰੀ ਚੀਜ਼ ਇਹ ਵੀ। ਹਾਂਜੀ। ਬਿਲਕੁਲ ਜੀ। ਤੇ ਸਰਦਾਰ ਤੇ ਵੀਡੀਓ ਕਿਹੋ ਜੀ ਲੱਗੀ ਜਰੂਰ ਦੱਸਿਓ ਜੀ ਇਹੋ ਜਿਹੀ ਆਪਾਂ ਹੋਰ ਵੀ ਵੀਡੀਓ ਤੁਹਾਡੇ ਲਈ ਲੈ ਕੇ ਆਉਂਦੇ ਰਹਿਾਂਗੇ